ਹਾਂਜੀ ਬਈ ਇਹ ਗੱਲ ਸੱਚ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਨਹੀਂ ਹੋਣਗੇ ਆਈਲਟਸ ਵਾਲਿਆਂ ਦੇ ਵਿਆ ਕਿਉਂਕਿ ਜੇ ਸਟੂਡੈਂਟ ਆਈਲਟਸ ਕਰਦੇ ਸੀ ਖਾਸ ਕਰਕੇ ਕੁੜੀਆਂ ਮੀਡਲ ਕਲਾਸ ਬੰਦਿਆਂ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਕਿਉਂਕਿ ਰਿਚਾ ਜੋ ਅਮੀਰ ਉਹਨਾਂ ਨੂੰ ਕੋਈ ਝਟਕਾ ਨਹੀਂ ਲੱਗਿਆ ਆਪਣੇ ਵਰਗੇ ਨਾਰਮਲ ਬੰਦੇ ਆ ਜਿਹੜੇ ਕਿ ਗਰੀਬ ਘਰ ਤੋਂ ਬਿਲੋਂਗ ਕਰਦੇ ਆ ਉਹ ਆਪਣੇ ਬੱਚਿਆਂ ਨੂੰ ਆਇਲਰਟਸ ਕਰਵਾਉਂਦੇ ਆ ਆਇਲਰਟਸ ਕਰਵਾਉਣ ਤੋਂ ਬਾਅਦ ਇੱਕ ਚੰਗਾ ਘਰ ਲੱਭਦੇ ਆ ਜੋ ਉਹਨਾਂ ਦੀ ਬੇਟੀ ਦੇ ਉੱਤੇ ਖਰਚਾ ਕਰ ਦਿੰਦਾ ਹੈ ਇਹਦੇ ਵਿੱਚ ਬੈਨੀਫਿਟ ਦੋਨੋਂ ਸਾਈਡ ਹੀ ਹੁੰਦਾ ਹੈ ਦੋਨੋਂ ਸਾਈਡ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬੱਚੀ ਵੀ ਬਾਹਰ ਚਲੀ ਜਾਂਦੀ ਆ ਪਰ ਜੋ ਲੜਕਾ ਬਾਹਰ ਨਹੀਂ ਜਾ ਸਕਦਾ ਉਹਦੀ ਘੱਟ ਸਟੱਡੀ ਕਰਕੇ ਜਾਂ ਵੀਕ ਸਟੱਡੀ ਕਰਕੇ ਪਰ ਫੈਮਿਲੀ ਤੋਂ ਚੰਗਾ ਹੁੰਦਾ ਹੈ ਉਹ ਫੈਮਿਲੀ ਉਸਤੇ ਖਰਚਾ ਕਰਦੀ ਹੈ ਉਹ ਕਰਨ ਲੜਕੀ ਪਹਿਲਾਂ ਬਾਹਰ ਜਾਂਦੀ ਉਸ ਤੋਂ ਬਾਅਦ 3 ਤੋਂ 6 ਮਹੀਨਿਆਂ ਬਾਅਦ ਲੜਕਾ ਬਾਹਰ ਜਾਂਦਾ ਸੀ ਪਰ ਹੁਣ ਇਹ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਕੈਨੇਡਾ ਦੀ ਗਵਰਨਮੈਂਟ ਲਈ ਕਿਹੜੇ ਕਾਲਜ ਦੇ ਵਿੱਚ ਤੁਸੀਂ 스ਪਾਊਸ ਕੇਸ ਲਗਾ ਕੇ ਜਾ ਸਕਦੇ ਹੋ ਕਿਹੜੀ ਯੂਨੀਵਰਸਿਟੀ ਦੇ ਵਿੱਚ ਲਗਾ ਸਕਦੇ ਹੋ ਤੇ ਉਸ ਲਈ ਤੁਹਾਡੀ ਸਟੱਡੀ ਦੀ ਰਿਕੁਆਇਰਮੈਂਟ ਕੀ ਹੋਣੀ ਚਾਹੀਦੀ ਆ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਕਿਸੇ ਨੂੰ ਵੀ ਪੀਡੀਐਫ ਚਾਹੀਦੀ ਹੈ ਆਈਲੈਂਡਸ ਦੀਆਂ ਬੁੱਕਸ ਚਾਹੀਦੀਆਂ ਹੈ ਲਿਸਨਿੰਗ ਰੀਡਿੰਗ ਰਾਈਟਿੰਗ ਤੇ ਸਪੀਕਿੰਗ ਤੁਸੀਂ ਸਾਨੂੰ WhatsApp ਦੇ ਉੱਤੇ ਮੈਸੇਜ ਕਰ ਸਕਦੇ ਹੋ WhatsApp ਦੇ ਉੱਤੇ ਮੈਸੇਜ ਕਰਕੇ ਤੁਸੀਂ ਇਹਨਾਂ PDF ਨੂੰ ਬਾਏ ਕਰ ਸਕਦੇ ਹੋ ਮਤਲਬ ਕਿ ਇੱਕ ਪੇਡ PDF ਜਿਨ੍ਹਾਂ ਦੇ ਵਿੱਚ ਆਪਾਂ ਨੂੰ ਪੇਪਰ ਦੇਖਣ ਨੂੰ ਮਿਲਿਆ ਹੈ ਇਹਦਾ ਪਾਸਟ ਦੇ ਵਿੱਚ ਰਿਜ਼ਲਟ ਵੀ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੇ ਆ ਕਿਹੜੇ ਸਿਰਫ ਓਨਲੀ ਮਾਸਟਰ ਜਿਨ੍ਹਾਂ ਨੇ ਮਾਸਟਰ ਡਿਗਰੀ ਕਰਨੀ ਹੈ ਜਾਂ ਫਿਰ ਜਿਨ੍ਹਾਂ ਨੇ PhD ਕੋਰਸ ਕਰਨਾ ਹੈ ਉਹੀ ਹੁਣ ਆਪਣੇ ਜੀਵਨ ਸਾਥੀ ਦੇ ਨਾਲ ਕੈਨੇਡਾ ਜਾ ਸਕਦੇ ਆ ਮਾਸਟਰ ਡਿਗਰੀ ਕੁਝ ਲੋਕਾਂ ਨੂੰ ਨਹੀਂ ਪਤਾ ਸਟੂਡੈਂਟਸ ਨੂੰ ਤਾਂ ਪਤਾ ਹੁੰਦਾ ਹੈ ਪਰ ਆਪਣੇ ਮॉम ਡੈਡ ਜਾਂ ਫਿਰ ਬਜ਼ੁਰਗਾਂ ਨੂੰ ਨਹੀਂ ਪਤਾ ਹੁੰਦਾ ਪਲੱਸ 2 ਹੁੰਦੀ ਹੈ ਪਲੱਸ 2 ਦੇ ਬਾਅਦ ਆਪਾਂ ਬੀਏ ਕਰਦੇ ਆ ਜਿਹਨੂੰ ਆਪਾਂ 13ਵੀਂ ਕਲਾਸ ਕਹਿ ਦਿੰਦੇ ਆ ਉਸ ਤੋਂ ਬਾਅਦ ਆਪਾਂ ਮਾਸਟਰ ਡਿਗਰੀ ਕਰਦੇ ਆ ਜਿਹਨੂੰ ਆਪਾਂ 14ਵੀਂ ਕਲਾਸ ਕਹਿ ਦਿੰਦੇ ਆ ਜੇਕਰ ਤੁਸੀਂ 14ਵੀਂ ਕਲਾਸ ਕਰਨੀ ਆ ਉਧਰ ਜਾ ਕੇ ਫੇਰੀ ਤੁਹਾਨੂੰ ਵੀਜ਼ਾ ਮਿਲੂਗਾ ਅਦਰਵਾਈਜ਼ ਨਹੀਂ ਪਲੱਸ 2 ਕਰਦੇ ਆ ਪਲੱਸ 2 ਕਰਨ ਤੋਂ ਬਾਅਦ ਬੀਏ ਕਰਨ ਲਈ ਆਪਾਂ ਨੂੰ 3 ਸਾਲ ਲੱਗ ਜਾਂਦੇ ਆ ਜੇਕਰ ਇੰਡੀਆ ਦੇ ਵਿੱਚ ਆਪਾਂ ਰਹਿੰਦੇ ਆ ਤਾਂ ਗ੍ਰੈਜੂਏਸ਼ਨ ਆ 3 ਸਾਲ ਦੀ ਹੁੰਦੀ ਆ ਅੱਗੇ ਮਾਸਟਰ ਡਿਗਰੀ ਲਈ ਆਪਾਂ ਅਪਲਾਈ ਕਰਦੇ ਆ ਤਾਂ ਆਪਾਂ ਫਿਰ ਹੀ ਆਪਾਂ ਕੈਨੇਡਾ ਦਾ ਆਪਣਾ ਸੁਪਨਾ ਜੋ ਪੂਰਾ ਕਰ ਸਕਦੇ ਆ ਤਾਂ ਮੈਂ ਆਵਦੇ ਲੋ ਤਾਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰਾ ਕਲੀਅਰ ਕਰਨ ਦੀ ਜੇ ਭੁੱਲ ਚੁੱਕ ਗਲਤੀ ਹੋ ਗਈ ਹੋਵੇ ਤਾਂ ਉਸ ਨੂੰ ਮਾਫ ਕਰਿਓ ਅੱਗੇ ਦੀਆਂ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਅਸੀਂ ਤੁਹਾਡੇ ਤੱਕ ਜਿਵੇਂ ਵੀ ਕੋਈ ਵੀ ਨਿਊਜ਼ ਆਉਂਦੀ ਆ ਅਸੀਂ ਫ੍ਰੀ ਆਫ ਕਾਸਟ ਹੈਲਪ ਕਰਦੇ ਰਵਾਂਗੇ